ਨੇ ਖੱਤਰੀ ਦੀਆਂ ਤਿੰਨ ਕਬੱਡੀਆਂ 500 ਡਾਲਰ ਦੀਆਂ ਹੋਣਗੀਆਂ ਰਾਏ ਬ੍ਰਦਰ ਮੇਰੇ ਵੀਰੋ ਉਹਨਾਂ ਵੱਲੋਂ ਇਹ ਮਾਣ ਕੀਤਾ ਜਾਣਾ ਗੁਰਦੇਵਾਲ ਰਾਏ ਤੇ ਬਬਲੀ ਰਾਏ ਹੋਣਾ ਵੱਲੋਂ ਮੇਰੇ ਵੀਰੋ ਇਹ ਮਾਣ ਕੀਤੇ ਜਾਣਗੇ ਆਇਆ ਬਿਨੇ ਖੱਤਰੀ ਖੜਗ ਜਟਾਣ ਦੀ ਧਰਤੀ ਦਾ ਉਹ ਸਾਹਮਣੇ ਚਾਰ ਜਾਫੀ ਨੇ ਇੱਕ ਪਾਸੇ ਹੁਸ਼ਾਰਾ ਬੋਪਰੀਆ ਔਰ ਦੂਜੇ ਪਾਸੇ ਸ਼ੂਸ਼ਕ ਵਾਲਾ ਫੂਲਾ ਪਰ ਪੁਆਇੰਟ ਜਿਹੜਾ ਇਸ ਵੇਲੇ ਖੜਗ ਜਟਾਣ ਵਾਲਾ ਬਿਨੇ ਖੱਤਰੀ ਆ ਫੜਵੀ ਨੌਜੋਨਾ ਮਾਇਦੇ ਗਫੇ ਇਧਰ ਲਖਣਕੇ ਪੱਡਿਆਂ ਵਾਲੇ ਭਰਾ 100 ਡਾਲਰ ਅੰਬੂ ਦੇ ਲਈ ਪੋਜਾ ਕਰਦੇ ਆ ਜਿਆਦਾ ਤੇਰੇ ਦੇ ਹਰ ਇੱਕ ਜਫੇ ਦਾ 100 ਰਾਏ ਬ੍ਰਦਰ ਨੇ ਕਹਿੰਦੇ ਤਿੰਨ ਰੇਡਾਂ ਤੇ 500 ਲਾਇਆ ਦੂਜੀ ਰੇਡ ਸਫਲ ਹੋ ਗਈ ਹੈ ਬਿਨੇ ਖੱਤਰੀ ਦੀ ਮੇਰੇ ਵੀਰੇ ਮੇਰੇ ਵੀਰੋ ਠੱਠ ਵੱਜਿਆ ਪਿਆ ਸ਼ਾਮ ਸੰਧੂਰੀ ਹੋ ਚੁੱਕੀ ਹੈ ਸੂਰਜ ਦੇਵਤਾ ਲਾਲੀਆਂ ਛੜਦਾ ਕਿਸੇ ਹੋਰ ਕੰਟਰੀ ਦੇ ਵਿੱਚ ਮੇਰੇ ਵੀਰੋ ਚੜ ਜੂਗਾ ਪਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਤੀਜੀ ਰਾਏ ਬ੍ਰਦਰ ਵੱਲੋਂ 500 ਹੈ ਇੱਕ ਪਾਸੇ ਸੁਰਖਪੁਰੀਆ ਸਰਪੰਚ ਹੈ ਔਰ ਦੂਜੇ ਪਾਸੇ ਵਿਨੇਖ ਖੱਤਰੀ 500 ਡਾਲਰ ਕਹਿੰਦੇ ਰਾਏ ਬ੍ਰਦਰ ਨੇ ਮਾਨ ਕੀਤਾ ਔਰ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਆਇਆ ਖੜਗ ਜਟਾਣ ਪਿੰਡ ਵਾਲਾ ਮੇਰੇ ਵੀਰੋ ਵਿਨੇਖ ਖੱਤਰੀ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਿਨੇ ਖੱਤਰੀ ਕਬੱਡੀ ਪਾ ਰਿਹਾ ਬਿਨੇ ਖੱਤਰੀ ਦੀ ਰੇਡ ਤੇ ਸਰਦਾਰ ਚੂੜ ਸਿੰਘ ਜੀ ਮੇਰੇ ਵੀਰੋ ਜੱਗੇ ਚਿੱਟੀ ਵਾਲੇ ਦੇ ਸੋਹਰਾ ਸਾਹਿਬ ਕਹਿੰਦੇ ਵੀ ਆਪਾਂ 100 ਡਾਲਰ ਦਾ ਮਾਨ ਸਨਮਾਨ ਕਰਨਾ ਹੈ ਸਰਦਾਰ ਚੂੜ ਸਿੰਘ ਜੀ 2500 2500 ਦੀ ਰੇਡ ਬੰਨ ਵੱਲੋਂ ਮੇਰੇ ਵੀਰੋ ਪੈ ਚੁੱਕੀ ਹੈ 2500 ਵੀਰ ਇੱਕ ਮਿੰਟ ਰੇਡ ਵਾਲੀਏ 2500 2500 ਡਾਲਰ ਦੀ ਕਬੱਡੀ ਚੱਲ ਵੀ ਰਪਿੰਦਰ 2500 2500 ਡਾਲਰ ਦੀ ਰੇਡ ਹੈ ਇਹ ਦੂਜੀ ਆ ਤੀਜੀ 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 2500 ਬਹੁਤ ਜਾਂਦਾ ਐਵੇਂ ਨਹੀਂ ਰਾਏ ਆ ਪਰਮਾਨੰਦ ਖੜੀਆਂ ਐਵੇਂ ਨਹੀਂ ਭੋਲਾ ਸਮਰਾ ਇੱਕ ਵੀਰ ਮਾਨ ਕਰਦਾ ਗੋਪਾ ਮਾਨ ਕਰਦਾ ਮੇਰੇ ਵੀਰੋ ਇਸ ਨੌਜਨ